ਤੇ ਉਹਦਾ ਫਾਦਰ ਬੈਠੇ ਤੇ ਸਾਡੇ ਘਰ ਰਾਜੀਨਾਮਾ ਕਰਨ ਵਾਸਤੇ ਤੇ ਉਹ ਮਤਲਬ 25 ਮੁੰਡੇ ਲੈ ਕੇ ਤੇ ਘਰ ਪੈ ਗਿਆ। ਉਹ ਬਾਅਦ ਪਿੰਡ ਵਾਲਿਆਂ ਨੇਟਾਂ ਉਟਾਂ ਮਾਰ ਕੇ ਗੱਡੀਆਂ ਗੁੱਡੀਆਂ ਭੰਨੀਆਂ ਫਿਰ ਉਹਨਾਂ ਨੂੰ ਭਜਾਇਆ। ਡਾਕਟਰਾਂ ਨੇ ਸਾਨੂੰ ਨਾ ਬਾਹਰ ਕੱਢਤਾ ਸੀ ਉੱਥੋਂ, ਤੇ ਡਾਕਟਰਾਂ ਬਾਹਰ ਕੱਢਤਾ ਤੇ ਬਾਹਰੋਂ ਮੁੰਡੇ ਆਏ, 4-5-6 ਮੁੰਡੇ ਆਏ ਤੇ ਉਹਨਾਂ ਨੇ ਆਉਂਦੇ ਸਾਡੇ ਦਾਤਰ ਮਾਰਨ ਲੱਗ ਪਏ। ਇਹਨਾਂ ਦੋਨਾਂ ਦੇ ਬੇਟੇ ਬਾਹਰ ਨੇ ਤੇ ਇਹਨਾਂ ਦਾ ਬਾਹਰ ਬੇਟਿਆਂ ਦਾ ਹੀ ਪੈਸਿਆਂ ਦਾ ਲੈਣ ਦੇਣ ਸੀ। ਉੱਥੇ ਰਾਜੀਨਾਮੇ ਦੌਰਾਨ ਇਹਨਾਂ ਦੀ ਲੜਾਈ ਹੋਈ ਹੈ। ਮੂੜੀ ਵਾਲੀ ਪਾਰਟੀ ਜਿਹੜੀ ਇੱਥੇ ਐਡਮਿਟ ਹੋਈ ਹੈ ਤੇ ਜਿਹੜੀ ਖੋਖਰ ਰਾਜਪੂਤਾਂ ਦੀ ਧਿਰ ਸੀਗੀ, ਉਹਨਾਂ ਨੇ ਇੱਥੇ ਆ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਅਟੈਕ ਕੀਤਾ ਜੀ। ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਦੇਰ ਰਾਤ ਇਲਾਜ ਲਈ ਦਾਖਲ ਇੱਕ ਧਿਰ ਤੇ ਦੂਸਰੀ ਧਿਰ ਵੱਲੋਂ ਹਸਪਤਾਲ ਅੰਦਰ ਘੁਸ ਕੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਕੁਝ ਵਿਅਕਤੀ ਜ਼ਖਮੀ ਹੋ ਗਏ। ਇਹ ਘਟਨਾ ਕੈਮਰੇ ਵਿੱਚ ਰਿਕਾਰਡ ਹੋ ਗਈ। ਤੁਸੀਂ ਮੌਕੇ ਦੀ ਵੀਡੀਓ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਸ਼ਰੇਆਮ ਪੁਲਿਸ ਦੇ ਸਾਹਮਣੇ ਇਹ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਅਤੇ ਕਿਵੇਂ ਤੇਜ਼ ਧਾਰ ਹਥਿਆਰ ਚਲਾਏ ਗਏ। ਮਾਮਲੇ ਨੂੰ ਲੈ ਕੇ ਇੱਕ ਧਿਰ ਦੇ ਜ਼ਖਮੀ ਜਗਜੀਤ ਸਿੰਘ ਅਤੇ ਮਾਮਲੇ ਦੀ ਜਾਂਚ ਕਰ ਰਹੇ ਸਿਟੀ ਥਾਣੇ ਦੇ SHO ਨੇ ਦੱਸਿਆ ਕਿ ਇੱਕ ਧਿਰ ਪਿੰਡ ਦੁਮੜੀ ਨਾਲ ਸੰਬੰਧਿਤ ਹੈ ਅਤੇ ਦੂਸਰੀ ਧਿਰ ਪਿੰਡ ਖੋਖਰ ਰਾਜਪੂਤਾਂ ਨਾਲ ਸੰਬੰਧਿਤ ਹੈ। ਇਨ੍ਹਾਂ ਦੋਹਾਂ ਧਿਰਾਂ ਦੇ 2 ਪੁੱਤਰ ਵਿਦੇਸ਼ ਰਹਿੰਦੇ ਨੇ। ਉਹਨਾਂ ਦੋਹਾਂ ਪੁੱਤਰਾਂ ਦਰਮਿਆਨ ਵਿਦੇਸ਼ ਵਿੱਚ ਪੈਸਿਆਂ ਦਾ ਆਪਸੀ ਲੈਣ ਦੇਣ ਲੈ ਕੇ ਹੀ ਇੱਥੇ ਇਹ ਦੋਵੇਂ ਧਿਰਾਂ ਆਪਸ 'ਚ ਲੜਨ ਲੱਗ ਪਈਆਂ ਅਤੇ ਇੱਕ ਧਿਰ ਹਸਪਤਾਲ ਇਲਾਜ ਲਈ ਦਾਖਲ ਸੀ ਅਤੇ ਦੇਰ ਰਾਤ ਦੂਸਰੀ ਧਿਰ ਨੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਸਰ, ਆਪਣੇ ਚਾਚਾ ਜੀ ਦਾ ਮੁੰਡਾ ਬਾਹਰ ਹੀ ਅਮੈਰੀਕਾ ਤੇ ਉਹਦੇ ਤੋਂ ਬਾਅਦ ਇੱਕ ਮੁੰਡਾ ਗਿਆ ਸੀ ਪਿੰਡ ਖੋਖਰਾਂ ਦਾ ਤੇ ਚਾਚਾ ਜੀ ਦੇ ਮੁੰਡੇ ਨੇ ਨਾ ਨਵਾਂ ਗਿਆ ਸੀ, ਇਸ ਕਰਕੇ ਥੋੜ੍ਹੀ ਉਹਦੀ ਨਾ ਪੈਸਿਆਂ ਦੀ ਹੈਲਪ ਕੀਤੀ ਸੀ ਤੇ ਉਹਨਾਂ ਬਾਅਦ 'ਚ ਜਦੋਂ ਥੋੜ੍ਹਾ ਚਿਰ ਉਹਨੂੰ ਮਤਲਬ ਕਿ ਜੋਬ ਮਿਲ ਗਈ ਫਿਰ ਉਹ ਚਾਚਾ ਜੀ ਦੇ ਮੁੰਡੇ ਨੇ ਉਹਦੇ ਕੋਲ ਪੈਸੇ ਮੰਗੇ ਤੇ ਬਾਅਦ 'ਚ ਉਹਨਾਂ ਨੇ ਪੈਸੇ ਦੇਣ ਤੋਂ ਮਤਲਬ ਕਿ ਥੋੜ੍ਹਾ ਟਾਲ ਮਟੋਲਾ ਕੀਤਾ ਤੇ ਇਸ ਕਰਕੇ ਨਾ ਉਹ ਥੋੜ੍ਹਾ ਗੁੱਸੇ 'ਚ ਮਤਲਬ ਕਿ ਇੱਕ ਦੂਜੇ ਨਾਲ ਗਾਲੀ ਗਲੋਚ ਹੋਏ ਉੱਥੇ ਬਾਹਰ ਤੇ ਉਹ ਬਾਅਦ 'ਚ ਉਹਨਾਂ ਨੇ ਪਿੰਡ ਆਪਣੇ ਘਰ ਫੋਨ ਕੀਤਾ ਤੇ ਮੁੜ ਕੇ ਘਰ ਉਹਦਾ ਦਾ ਜਿਹੜਾ ਬ੍ਰਦਰ ਸੀ ਉਹ ਧਮਕੀਆਂ ਦਿੱਤਾ ਸੀ ਫੋਨ ਕਰਕੇ ਵੀ ਅਸੀਂ ਤੁਹਾਨੂੰ ਮਿਲਣਾ ਵਾ ਆਦਾਂ ਗੱਲ ਕਰਨੀ ਆ ਤੇ ਉਹਦੇ ਫਾਦਰ ਸਾਹਿਬ ਆਏ ਸਾਡੇ ਘਰ ਰਾਜੀਨਾਮੇ ਲਈ ਤੇ ਜਿਹੜਾ ਉਹਦਾ ਬ੍ਰਦਰ ਸੀ ਉਹ ਰਾਜੀਨਾਮਾ ਨਹੀਂ ਚਾਹੁੰਦਾ ਕਿ ਅਸੀਂ ਨਹੀਂ ਰਾਜੀਨਾਮਾ ਕਰਨਾ ਤੇ ਉਹਦਾ ਫਾਦਰ ਬੈਠੇ ਤੇ ਸਾਡੇ ਘਰ ਰਾਜੀਨਾਮਾ ਕਰਨ ਵਾਸਤੇ ਤੇ ਉਹ ਮਗਰ 20-25 ਮੁੰਡੇ ਲੈ ਕੇ ਤੇ ਘਰ ਪੈ ਗਿਆ। ਤੋਂ ਬਾਅਦ 'ਚ ਪਿੰਡ ਵਾਲਿਆਂ ਨੇਟਾਂ ਉੱਟਾਂ ਮਾਰ ਕੇ ਗੱਡੀਆਂ ਗੁੱਡੀਆਂ ਭੰਨੀਆਂ ਫਿਰ ਉਹਨਾਂ ਨੂੰ ਭਜਾਇਆ ਤੇ ਫਿਰ ਥੋੜ੍ਹਾ ਬਚਾਅ ਹੋਇਆ ਸਾਡਾ। ਉੱਥੇ ਹਸਪਤਾਲ 'ਚ ਚਾਚਾ ਜੀ ਦੇ ਮੁੰਡੇ ਦੇ ਉੱਥੇ ਸੱਟ ਲੱਗੀ ਸੀ, ਇਹਨੂੰ ਅਸੀਂ ਐਡਮਿਟ ਕਰਵਾਉਣ ਆਏ ਸੀ ਤੇ ਇਹਨੂੰ ICU 'ਚ ਵਾੜਿਆ ਸੀ ਤੇ ਆਪਣੇ ਡਾਕਟਰਾਂ ਨੇ ਸਾਨੂੰ ਨਾ ਬਾਹਰ ਕੱਢਤਾ ਸੀ ਉੱਥੋਂ ਤੇ ਡਾਕਟਰਾਂ ਬਾਹਰ ਕੱਢਤਾ ਤੇ ਬਾਹਰੋਂ ਮੁੰਡੇ ਆਏ, 4-5-6 ਮੁੰਡੇ ਆਏ ਤੇ ਉਹਨਾਂ ਨੇ ਆਉਂਦੇ ਸਾਡੇ ਦਾਤਰ ਮਾਰਨ ਲੱਗ ਪਏ। ਚਾਚਾ ਜੀ ਮੁੰਡੇ ਵੱਲ ਜਾਂਦੇ ਸੀ ਅਸੀਂ ਡੱਕਿਆ ਉਹਨਾਂ ਨੂੰ, ਉਹਨਾਂ ਨੇ ਸਾਡੇ ਦਾਤਰ ਮਾਰਤੇ। ਮੰਗ ਇਹੋ ਹੀ ਆ ਕਿ ਸਾਨੂੰ ਇਨਸਾਫ ਮਿਲੇ। ਇਹ ਜੀ ਕੋਈ ਨਾ ਪੈਸੇ ਦਾ ਲੈਣ ਦੇਣ ਸੀਗਾ, ਇਹ ਜਿਹੜੇ ਇੱਕ ਦਮੂੜੀ ਤੋਂ ਸੀਗੇ ਜੀ ਅਤੇ ਇੱਕ ਪਾਰਟੀ ਸੀਗੀ ਖੋਖਰ ਰਾਜਪੂਤਾਂ ਦਾ। ਇਹਨਾਂ ਦੋਨਾਂ ਦੇ ਬੇਟੇ ਬਾਹਰ ਨੇ ਅਤੇ ਇਹਨਾਂ ਦਾ ਬਾਹਰ ਬੇਟਿਆਂ ਦਾ ਹੀ ਪੈਸਿਆਂ ਦਾ ਲੈਣ ਦੇਣ ਸੀ। ਅੱਜ ਇਹ ਦਮੂੜੀ ਜਿਹੜੀ ਆ ਪਾਰਟੀ ਦਾ ਰਾਜੀਨਾਮਾ ਸੀ, ਉੱਥੇ ਰਾਜੀਨਾਮੇ ਦੌਰਾਨ ਇਹਨਾਂ ਦੀ ਲੜਾਈ ਹੋਈ ਹੈ। ਫਿਰ ਜਿਹੜੇ ਇੱਥੇ ਆ ਕੇ ਐਡਮਿਟ ਹੋਏ ਨੇ ਅਤੇ ਜਦੋਂ ਦਮੂੜੀ ਵਾਲੀ ਪਾਰਟੀ ਜਿਹੜੀ ਇੱਥੇ ਐਡਮਿਟ ਹੋਈ ਆ ਅਤੇ ਜਿਹੜੀ ਖੋਖਰ ਰਾਜਪੂਤਾਂ ਦੀ ਧਿਰ ਸੀਗੀ, ਉਹਨਾਂ ਨੇ ਇੱਥੇ ਆ ਕੇ ਉਹਨਾਂ ਦੇ ਹਸਪਤਾਲ ਦੇ ਵਿੱਚ ਅਟੈਕ ਕੀਤਾ ਜੀ। ਨਹੀਂ ਵਿਗੜਨ ਦੇਣੀ, ਅਸੀਂ ਜਿਹੜਾ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਹਨਾਂ ਦੇ ਜੋ ਇਹਨਾਂ ਨੇ ਕੀਤਾ ਉਸ ਮੁਤਾਬਕ ਇਹਨਾਂ ਨੂੰ ਸਜ਼ਾ ਦਵਾਵਾਂਗੇ।